ਹਾਲਾਤ ਆ ਦੇਖਦਾ ਜਾਂਦਾ ਤਾਂ ਨਹੀਂ ਹਲੇ ਨੂੰ ਬਸ ਪੌਣਾ ਭੂਰਾ ਕੁ ਪਾ ਦੇ ਮਾੜਾ ਜਿਹਾ ਹੋਰ ਉਹ ਤੂੰ ਪਾ ਦੇ ਮਾੜਾ ਜਿਹਾ ਮਾੜਾ ਕੁ ਪੈਣਾ ਅੱਜ ਤਾਂ ਦੋ ਦੋ ਵਾਰ ਹਿਲਾ ਕੇ ਬਸ ਪੈ ਜਾ ਦੋ ਕੁੱਟਾਂ ਪੈਣੀਆਂ ਮੂੰਹ 'ਚ ਪਾ ਕੇ ਸਿਰ ਭਰ ਕੇ ਪਾ ਦਿਓ ਕੌਲੀ ਵਾਲਾ ਨਾ ਬਣ ਬਸ ਬਸ ਤਿੰਨ ਵਾਰ ਹਿਲਾ ਕੇ ਪਾ ਲਿਆ ਹੁਣ ਬਸ ਤਿੰਨ ਵਾਰ ਹੀ ਉਦੋਂ ਪਾਦਾ ਹਿਲਾ ਕੇ ਜੀ ਮੀਟਰ ਤੇ ਚੱਲਿਆ 66.4 ਹਲੇ ਅਸੀਂ ਵੀਡੀਓ ਚੱਲਦੀ ਕਰਨੀ ਸਟਾਰਟ ਨਹੀਂ ਉੱਥੇ ਬਾੜ ਖੱਤੇ 'ਚ ਖੱਤੇ 'ਚ ਚਲਾ ਪੰਦਰਾਂ ਸੋਲਾਂ ਸੌ ਰੱਖ ਲਾ ਜਿੰਨੇ ਮਰਜ਼ੀ ਉਹਨੇ ਉਹਦੇ ਰੱਖ ਲਾਂਗੇ ਚਲਾਤਾ ਜੀ ਐਵਰੇਜ ਕੱਢਣ ਲੱਗਿਆ ਅੱਜ ਜੂਵੋ 585 ਦੀ ਅਤੇ ਸਵਰਾਜ 855 ਦੀ ਸਟੋਪ ਬੋ ਚਲਾਤੀ ਕੀਲਾ ਕੀਲਾ ਬਾਹਣ ਦਾ ਵਾਹ ਕੇ ਦੇਖਾਂਗੇ ਦੋਹਰ ਲਾ ਕੇ 13 ਹਲਾਂ ਨਾਲ ਦੇਖਦੇ ਹਾਂ ਫਿਰ ਕਿੰਨੀ ਐਵਰੇਜ ਨਿਕਲਦੀ ਆ ਦੱਸਦਿਆਂ ਤੁਹਾਨੂੰ ਕੋਈ ਲੈਫਟ ਨਹੀਂ ਛੇੜੀ ਵੀਰੋ ਮੋੜ ਤੋਂ ਜਮਾਂ ਸੇਮ ਇਕੱਲੇ ਕੰਟਰੋਲਰ ਦਾ ਟ੍ਰੈਕਟਰ ਚੱਲਦਾ ਕੋਈ ਪੋਜੀਸ਼ਨ ਲੀਵਰ ਨਹੀਂ ਛੇੜਿਆ ਇਕੱਲਾ ਕੰਟਰੋਲ ਲਾਇਆ ਹੋਇਆ ਥੋੜ੍ਹਾ ਜਿਹਾ ਬਸ
ਟਾਈਮ ਚੱਲੀ ਜਾਂਦਾ ਜੀ, 9 ਮਿੰਟ ਹੋ ਗਏ, 6 ਸੈਕਿੰਡ ਤਕਰੀਬ ਆ ਦੇਈ ਜਿਵੇਂ ਸਲਿੱਪ ਮਾਰਦਾ ਸਿਰੇ 'ਤੇ ਜਾ ਕੇ। ਜੇ 4 ਵੀਲ ਲਾਇਆ ਹੁੰਦਾ ਫਿਰ ਸਲਿੱਪ ਨਹੀਂ ਮਾਰਦਾ, ਇਹ ਜਮੇ 2 ਵੀਲ 'ਤੇ ਹੀ ਚੱਲਦਾ। ਦੋਹਰ ਨੂੰ ਚਲਾਤਾ ਜੀ ਨਾਲ ਦੀ ਨਾਲ ਹੀ, ਖੱਤਾ ਵੀ ਮਿਣ ਲਿਆ 1 ਕਿੱਲਾ 21 ਬੈਸ ਵਾਂਗੂ, ਜਾਣੀ ਖੱਤਾ 1.25 ਕਿੱਲਾ ਮੰਨੋ ਤੁਸੀਂ ਵੀ 1.25 ਕਿੱਲੇ ਵਾਂਗੂ ਖੱਤਾ ਵਾ ਇਹ। ਦੋਹਰ ਨੂੰ ਚੱਲ ਪਿਆ ਟਰੈਕਟਰ। ਟਾਈਮ ਦਿਖਾਈ, ਟਾਈਮ ਕਿੰਨਾ ਹੋ ਗਿਆ, 25 ਮਿੰਟ 34 ਸੈਕਿੰਡ ਹੋ ਗਏ। ਦੋਹਰ ਨੂੰ ਚੱਲ ਪਿਆ, ਜਾਣੀ 3 ਗੇੜੇ ਦੇ ਵੀ ਦਿੱਤੇ। ਹਲ ਵੀ ਪੂਰੇ ਠੋਕ ਕੇ ਲਾਏ ਹੋਏ ਨੇ ਜੀ, ਐਂ ਨਹੀਂ ਹੈਗਾ ਵੀ ਹਲ ਤਾਹਾਂ ਚੱਕੇ ਹੋਏ ਨੇ, ਬੋਰੀਆਂ ਵੀ ਧਰੀਆਂ 2 ਭਰ ਕੇ ਮਿੱਟੀ ਦੀਆਂ ਉੱਤੇ। ਸਲਿੱਪ ਮਾਰਦਾ ਹੀ ਜਾਂਦਾ ਟਰੈਕਟਰ ਵੀ ਮੋੜ ਤੋਂ, ਪੂਰੇ ਲਾਏ ਹੋਏ ਨੇ ਹਲ। ਬਾਕੀ ਦਿਖਾਉਂਦੇ ਹਾਂ ਤੁਹਾਨੂੰ ਹੁਣ ਸਾਰਾ ਵਾਹ ਕੇ ਵੀ ਕਿੰਨਾ ਤੇਲ ਖਾਧਾ। ਦੇਖੋ 41 ਮਿੰਟ 27 ਕੁ ਸੈਕਿੰਡ 'ਚ ਜਾਣੀ ਕਿ ਦੋਹਰ ਲਾਤੀ 1.25 ਕਿੱਲੇ ਨੂੰ। ਹੁਣ ਗਾਹਾਂ ਦੇਖਦੇ ਹਾਂ, ਪੂਰਾ ਘੰਟੇ 'ਤੇ ਬੰਦ ਕਰਾਂਗੇ ਟਰੈਕਟਰ, ਆਹ ਵਾਲੇ ਖੱਤੇ 'ਚ ਚਲਾਵਾਂਗੇ ਹੁਣ ਘੰਟਾ, ਜਿਹੜੇ 20 ਮਿੰਟ ਰਹਿੰਦੇ ਨੇ 20 ਮਿੰਟ ਆਹ ਖੱਤੇ 'ਚ ਚਲਾਵਾਂਗੇ ਟਰੈਕਟਰ ਨੂੰ, ਫਿਰ ਪਤਾ ਲੱਗੂਗਾ ਵੀ ਘੰਟੇ ਵੀ ਘੰਟੇ ਦੀ ਐਵਰੇਜ ਕਿੰਨੀ ਨਿਕਲਦੀ ਆ। ਜਾਣੀ 41 ਮਿੰਟ ਮੰਨੋ, 41 ਮਿੰਟਾਂ 'ਚ 1.25 ਕਿੱਲਾ ਵਾਧਾ, 41 ਅਤੇ 20 ਸਾਢੇ ਕੁ 20 ਮਿੰਟਾਂ 'ਚ ਕੀ 1.25 ਕਿੱਲੇ ਨੂੰ ਇੱਕ ਵਾਰੀ ਵਾਹ ਕੇ ਲਓ ਜੀ। 42 ਮਿੰਟਾਂ 'ਚ 1.25 ਕਿੱਲਾ ਵਾਹਤਾ, ਗਾਹਾਂ ਚਲਾਤਾ ਟਰੈਕਟਰ, ਪੂਰਾ ਘੰਟਾ ਚਲਾਵਾਂਗੇ ਇਹ। 42 ਮਿੰਟ ਤਾਂ ਪਹਿਲਾਂ ਇਹ 1.25 ਕਿੱਲਾ ਕੱਢ ਕੇ ਇਹ ਗਿਣ ਲਿਆ ਹੀ, ਪਤਾ ਲੱਗ ਜੂ ਵੀ ਕਿੱਲਾ ਥਾਂ ਕਿੰਨੇ ਕੁ ਟਾਈਮ। ਲਓ ਜੀ ਘੰਟਾ ਚੱਲਣ ਵਾਲਾ, ਬਸ ਆਪਾਂ ਘੰਟੇ 'ਤੇ ਟਰੈਕਟਰ ਰੋਕ ਦੇਣਾ। ਮਾਰੀ ਓਏ ਪੀਤੇ ਹਾਕ ਉਹਨੂੰ, ਓਏ ਉਹ ਪੀਤੇ ਉਹਨੂੰ ਹੱਥ ਖੜਾ ਕਰੀ ਜਾਓ, ਮੈਂ ਕਹਿਣਾ ਤੈਨੂੰ। ਮਿੰਟ 5 ਰਹਿ, 5 ਸਕਿੰਟ ਰਹਿ ਗਏ, ਮਾਰੀ ਹੱਥ ਉਹਨੂੰ ਕਿਉਂਕਿ ਨਿਬੜ ਗਿਆ। ਕਰ ਦੇ ਰੋਕ ਦੇ, ਲਓ ਜੀ ਵਾਹ। ਚਲੋ ਜੀ ਚੱਕ ਲਏ ਹਲ, ਪੂਰਾ 1 ਘੰਟਾ ਚੱਲ ਗਿਆ ਟਰੈਕਟਰ। ਹੁਣ ਆਪਾਂ ਮਿਣ ਕੇ ਦੇਖਦੇ ਹਾਂ ਕਿੰਨਾ ਤੇਲ ਖਾਧਾ ਘੰਟੇ 'ਚ। ਇੱਧਰ ਥੋੜ੍ਹਾ ਜਿਹਾ ਉੱਤੇ ਚੱਲ ਗਿਆ, ਇੱਧਰ ਪੂਰਾ 66.4 ਸੀ, ਹੁਣ 67.5 ਚੱਲ ਗਿਆ, ਥੋੜ੍ਹਾ ਹੀ ਫਰਕ ਪਿਆ। ਉਹ ਜਿਹਾ ਮੀਟਰ ਆ 4 ਵਾਲਾ ਜਿਹੜਾ ਪੁਆਇੰਟ ਉਹ ਚੱਲਿਆ ਹੋਊਗਾ, ਥੋੜ੍ਹਾ ਜਿਹਾ ਥੋੜ੍ਹਾ ਹੀ ਰਹਿੰਦਾ ਹੋਊਗਾ, ਜਾਣੀ ਪੂਰਾ ਐਨ ਇੱਧਰ ਵੀ ਘੰਟਾ ਹੀ ਚੱਲਿਆ, ਉੱਧਰ ਵੀ ਘੰਟਾ ਹੀ ਚੱਲਿਆ।
ਕਿੰਨੇ ਲੀਟਰ ਪੈਗਾ? 100 ਕ ਡੋਲਦਾ ਹੋਊ ਆਪਾਂ। 100 ਇਹਦੇ ਵਿੱਚ ਹੈਗਾ, 100 ਹੈਗਾ, 100 ਐਮਐਲ ਪੂਰਾ ਹੈਗਾ, 100 ਡੋਲਤਾ। 6 ਲੀਟਰ 800 ਗ੍ਰਾਮ, 6 ਲੀਟਰ 800 ਗ੍ਰਾਮ ਪੂਰਾ, 6 ਲੀਟਰ 800 ਗ੍ਰਾਮ ਇੱਕ ਘੰਟੇ ਦਾ। ਬਸ ਬਸ ਪੂਰਾ 1800 ਦੇ ਛੱਡੇ ਆ। ਹਾਂਜੀ ਵੀਰੋ, ਇਹ ਵੀਡੀਓ 'ਚ ਆਪਣੇ ਯੂਵੋ, ਜਿਹੜਾ ਆਪਣਾ ਯੂਵੋ ਸੀ ਉਹ 3 ਮੀਡੀਅਮ ਗੇਅਰ 'ਚ ਵੀਰੇ 2-wheel ਡਰਾਈਵ 'ਚ ਚਲਾਇਆ ਸੀ, ਉਹਦਾ 4-wheel ਗੇਅਰ ਨਹੀਂ ਸੀ ਲਾਇਆ ਅਤੇ ਉਹਦਾ ਗੇਅਰ ਸੀਗਾ 3 ਮੀਡੀਅਮ। ਅਤੇ ਜੋ ਹੁਣ ਤੁਸੀਂ ਸਵਰਾਜ ਚੱਲਦਾ ਦੇਖ ਰਹੇ ਹੋ ਇਹ ਚੱਲ ਰਿਹਾ ਪਹਿਲੇ ਹਾਈ 'ਚ। ਉਹ ਚੱਲ ਲਿਆ ਯਾਰ ਹੌਲੀ ਹੌਲੀ ਭੈਣ, ਇੱਕ ਮਿੰਟ ਨਾ ਕੀ ਰੋ। ਆਹ ਲੈਫਟ ਜਾ ਕੇ ਇੱਥੇ ਸ਼ਾਮੇ ਜੇ ਲਾ ਲਾ। ਕਰਦੇ ਬੰਦ ਇੱਧਰ ਕਿੰਨਾ ਚੱਲ ਗਿਆ? 7 ਹੋ ਗਿਆ, ਇੱਧਰ 6 ਜਦੀ ਹੋ ਗਿਆ ਸੀ ਉਦੋਂ ਜਦੋਂ ਆਪਾਂ ਮੁੜਿਆ, 10-6 ਤੇ ਮੰਨ ਚਲਾ, 10-6 ਤੇ ਚਲਾਇਆ ਸੀ, 10-6 ਤੇ ਚਲਾਇਆ ਸੀ, 11-7 ਹੋ ਗਿਆ। ਤੁਸੀਂ ਕਿੱਥੇ?
8 ਮੰਨ ਤੂੰ ਮੋਟਾ ਆ ਯਾਰ 50 ਐਮਐਲ ਲੰਗੀ ਹੋਰੀ 8 ਲੀਟਰ ਖਾਦਾ ਇਹਨੇ ਖਾਦਾ 8 ਉਹਨੇ ਖਾਦਾ ਹੁਣ ਐਂ ਕਰੋ ਜਗ੍ਹਾ ਮਿਲੋ ਬਲੀਨ ਲਾ ਕੇ ਫੜਾ ਦਿਓ ਆਹ ਖੇਤ ਆ ਜਿਹੜਾ ਇਹ ਚ ਸਾਹਮਣੇ ਵਾਲੇ ਚ ਜੂਹੋ ਨੇ ਵਾਹਿਆ ਹੈ ਨਾ ਫੜਾ ਦੇ 6.800 ਗ੍ਰਾਮ ਇਹਨੂੰ ਡਿਵਾਈਡ ਕਰਤਾ ਆਪਾਂ ਕਿੱਲੇ ਵਾਹੇ ਇਹਨੇ 3.42 ਇਹਨੇ ਖਾਧਾ 1.98 ਕੁ ਮੰਨ ਤੂੰ 2 ਲੀਟਰ ਤੋਂ ਥੋੜ੍ਹਾ ਜਿਹਾ ਘੱਟ ਖਾਧਾ ਕਿੱਲੇ 2 ਲੀਟਰ ਤੋਂ 20 ਗ੍ਰਾਮ ਘੱਟ 20 ਗ੍ਰਾਮ ਘੱਟ ਖਾਧਾ ਚੱਲ ਮੋਟਾ ਮੋਟਾ 2 ਲੀਟਰ ਕਹਿ ਲੈ ਇੰਨਾ ਡੀਲ ਖਾਧਾ 1 ਕਿੱਲੇ ਦਾ ਅਤੇ ਹੁਣ ਆ ਗਿਆ ਸਵਰਾਜ ਸਵਰਾਜ ਨੇ ਖਾਧਾ ਕਿੰਨਾ 8 ਇਹ ਫਿਰ ਕਿਵੇਂ ਕਰੀਏ ਪੂਰਾ 8 8 ਪਾ ਦੇ ਹਾਂ ਇਹਨੂੰ ਕਰਦੇ ਕਿੱਲੇ ਕਿੰਨੇ ਪਾਏ ਆ 4 ਇਹਨੇ ਪੂਰਾ 2 ਲੀਟਰ ਇਹਨੇ ਪੂਰਾ 2 ਖਾਧਾ ਬਰੋਬਰ ਆ ਡੀਲ ਹਾਂ ਜਮਾਂ ਬਰੋਬਰ ਚੱਲਦਾ 19 ਕਿੱਲੇ ਦਾ 19 ਦਾ ਫਰਕ ਹੈ ਡੀਐਲ ਖਰਚਾ ਬਰੋਬਰ ਆ ਇਹ ਚ ਵੀਰੋ ਡੀਐਲ ਖਰਚਾ ਦੋਨਾਂ ਦਾ ਸੇਮ ਆ 19-21 ਮਾੜਾ ਮੋਟਾ ਯੂਓ ਘਟਾਉਂਦਾ ਵਾ ਕੋਈ ਜ਼ਿਆਦਾ ਹੀ ਫਰਕ ਨਹੀਂ ਹੈਗਾ ਮਾੜਾ ਮੋਟਾ ਹੀ ਫਰਕ ਆ ਚਾਹੇ ਸੇਮ ਰੱਖ ਲਓ ਡੀਐਲ ਖਰਚਾ ਸੇਮ ਆ ਅਤੇ ਯੂਓ ਨੇ ਵਾਹੇ 1 ਘੰਟੇ 3.5 ਕਿੱਲੇ ਸਵਰਾਜ ਨੇ ਵਾਹਿਆ 4 ਕਿੱਲੇ ਸਵਰਾਜ ਦਾ ਥੋੜ੍ਹਾ ਜਿਹਾ ਤੋਰਾ ਜ਼ਿਆਦਾ ਆ ਯੂਓ ਨਾਲੋਂ ਅਤੇ ਬਾਕੀ ਸਾਰਾ ਡੀਐਲ ਖਰਚਾ ਸੇਮ ਆ ਸਵਰਾਜ ਜਾਣੀ ਤੁਰਦਾ ਜ਼ਿਆਦਾ ਆ